ਤੁਹਾਡਾ ਅੱਜ ਦਾ ਨੁਕਤਾ ਗੁਰੂ ਅਮਰਦਾਸ ਸਾਹਿਬ ਵੱਲੋਂ ਗੋਇੰਦਵਾਲ ਵਿੱਚ ਬਾਉਲੀ ਬਾਰੇ ਹੈ। ਗੋਇੰਦਵਾਲ ਹਾਲਾਂਕਿ ਬਿਆਸ ਦਰਿਆ ਦੇ ਕੰਢੇ 'ਤੇ ਹੈ, ਪਰ ਇਸਦੇ ਬਾਵਜੂਦ ਲੋਕਾਂ ਨੂੰ ਪਾਣੀ ਜਿਹੜਾ ਹੈ ਉਹ ਜਾਂ ਖੂਹਾਂ ਤੋਂ ਮਿਲਦਾ ਹੁੰਦਾ ਸੀਗਾ ਅਤੇ ਜਾਂ ਬਾਉਲੀ ਤੋਂ। ਦਰਿਆ ਤੋਂ ਹਰ ਵੇਲੇ ਪਾਣੀ ਲੈਣ ਕੋਈ ਨਹੀਂ ਜਾ ਸਕਦਾ, ਤਾਂ ਜਾਂ ਖੂਹ ਹੋਇਆ ਕਰਦੇ ਸੀ ਜਾਂ ਬਾਉਲੀਆਂ। ਗੁਰੂ ਅਮਰਦਾਸ ਸਾਹਿਬ ਨੇ ਲੋਕਾਂ ਦੀ ਪਾਣੀ ਦੀ ਜਿਹੜੀ ਮੁਸ਼ਕਿਲ ਸੀ ਉਹਨੂੰ ਹੱਲ ਕਰਨ ਵਾਸਤੇ ਇੱਕ ਬਾਉਲੀ ਬਣਵਾਈ। ਬਾਉਲੀ ਵਾਸਤੇ ਲੋਕਾਂ ਨੇ ਬਹੁਤ ਸਾਰਿਆਂ ਨੇ ਆਪਣਾ ਹਿੱਸਾ ਪਾਇਆ, ਰਲ ਮਿਲ ਕੇ ਲੋਕਾਂ ਨੇ ਬਾਉਲੀ ਬਣਾਈ। ਇਹ ਕੰਮ ਸਿੱਖ ਤਾਰੀਖ ਵਿੱਚ ਤੁਹਾਨੂੰ ਸਾਰੇ ਗੁਰੂਆਂ ਦੇ ਬਾਰੇ ਮਿਲੇਗਾ। ਇਹਦੀ ਪਰ ਸ਼ੁਰੂਆਤ ਜਿਹੜੀ ਹੈ ਸਭ ਤੋਂ ਪਹਿਲਾਂ ਉਹ ਗੁਰੂ ਅਮਰਦਾਸ ਸਾਹਿਬ ਨੇ ਗੋਇੰਦਵਾਲ ਵਿੱਚ ਕੀਤੀ ਸੀ। ਹਾਲਾਂਕਿ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਜਿਹੜਾ ਵਸਾਇਆ ਸੀ ਅਤੇ ਕਰਤਾਰਪੁਰ ਵਿੱਚ ਖੂਹ ਸਨ, ਹੈ ਉਹ ਵੀ ਰਾਵੀ ਦੇ ਕੰਢੇ ਸੀ, ਦਰਿਆ ਦੇ ਕੰਢੇ ਸੀ। ਇਹ ਬਿਆਸ ਦਰਿਆ ਦੇ ਕੰਢੇ 'ਤੇ ਹੈ ਅਤੇ ਉਹ ਰਾਵੀ ਦਰਿਆ ਦੇ ਕੰਢੇ ਸੀ, ਔਰ ਉੱਥੇ ਗੁਰੂ ਸਾਹਿਬ ਨੇ ਖੂਹ ਬਣਾਏ ਸਨ। ਦਰਿਆ ਦੀ ਮਾਰ ਉੱਥੇ ਵੀ ਪੈਂਦੀ ਸੀ, ਪਰ ਪਾਣੀ ਖੂਹਾਂ 'ਚੋਂ ਲੈਣਾ ਪੈਂਦਾ ਸੀਗਾ, ਦਰਿਆ ਤੋਂ ਪਾਣੀ ਨਹੀਂ ਸੀ ਜਾ ਸਕਦੇ। ਗੋਇੰਦਵਾਲ ਹਾਲਾਂਕਿ ਪੱਤਨ ਸੀ, ਇੱਕ ਖਿਆਲ ਰੱਖਣ ਦੀ ਜ਼ਰੂਰਤ ਹੈ ਕਿ ਆਮ ਤੌਰ 'ਤੇ ਕੁਝ ਲੋਕ ਇਹ ਗਲਤ ਕਹਿ ਦਿੰਦੇ ਕਿ ਗੋਇੰਦਵਾਲ ਗੁਰੂ ਅਮਰਦਾਸ ਸਾਹਿਬ ਨੇ ਵਸਾਇਆ ਸੀ ਗੋਇੰਦੇ ਦੀ ਜ਼ਮੀਨ 'ਤੇ। ਇਹ ਸਹੀ ਗੱਲ ਨਹੀਂ ਹੈ। ਗੋਇੰਦਵਾਲ ਬਹੁਤ ਪੁਰਾਣਾ ਕਸਬਾ ਹੈ, ਪਿੰਡ ਸੀਗਾ, ਹੁਣ ਕਸਬਾ ਹੈ। ਇਸ ਕਰਕੇ ਇਹ ਬਹੁਤ ਪੁਰਾਣਾ ਵੀ ਇਹ ਥਾਂ ਹੈ ਜਿੱਥੋਂ ਬਿਆਸ ਦਰਿਆ ਤੋਂ ਫੌਜਾਂ ਅਤੇ ਬਾਦਸ਼ਾਹ ਅਤੇ ਹੋਰ ਸਾਰੇ ਜਿਹੜੇ ਨੇ ਪੱਤਨ ਪਾਰਿਆ ਕਰਿਆ ਕਰ ਸਨ। ਇੱਥੋਂ ਬਾਬਰ ਨੇ ਪਾਰ ਕੀਤਾ, ਹਮਾਯੂ ਨੇ ਪਾਰ ਕੀਤਾ, ਉਸ ਤੋਂ ਬਾਅਦ ਸਾਡੇ ਕੋਲ ਜਹਾਂਗੀਰ ਦਾ ਅਤੇ ਅਕਬਰ ਦਾ ਇਹਨਾਂ ਦਾ ਦਰਿਆ ਪਾਰ ਕਰਨ ਦਾ ਜਿਹੜਾ ਉਹ ਜ਼ਿਕਰ ਇੱਥੋਂ ਮਿਲਦਾ ਹੈ। ਤੋਂ ਇਹਨਾਂ ਇਹ ਦਰਿਆ ਦਾ ਜਿਹੜਾ ਪੱਤਨ ਸੀ ਅਤੇ ਪੱਤਨ ਦੇ ਉੱਤੇ ਪਿੰਡ ਜਿਹੜਾ ਆਪਣੇ ਆਪ ਵਸਿਆ ਸੀਗਾ। ਗੁਰੂ ਅਮਰਦਾਸ ਸਾਹਿਬ ਨੇ ਇਸ ਨੂੰ ਹੋਰ ਵਸਾਇਆ, ਫੈਲਾਇਆ, ਇਹ ਕਹਿ ਸਕਦੇ ਹਾਂ। ਪਰ ਉਸ ਕਿਉਂਕਿ ਆਬਾਦੀ ਸਿੱਖਾਂ ਦੀ ਹੋਰ ਹੋਣ ਲੱਗ ਪਈ ਸੀ, ਸਿੱਖ ਨਗਰ ਸੀਗਾ, ਤੋ ਆਬਾਦੀ ਹੋਣ ਲੱਗ ਪਈ ਤਾਂ ਗੁਰੂ ਸਾਹਿਬ ਨੇ ਲੋਕਾਂ ਦੇ ਪਾਣੀ ਦਾ ਮਸਲਾ ਹੱਲ ਕਰਨ ਵਾਸਤੇ ਬਾਉਲੀ ਬਣਵਾਈ, ਬਾਉਲੀ ਦੀਆਂ ਪੌੜੀਆਂ ਬਣਵਾਈਆਂ। ਜਿਸ ਤਰ੍ਹਾਂ ਬਾਉਲੀ ਆਮ ਤੌਰ 'ਤੇ ਸਾਰੀਆਂ ਪੌੜੀਆਂ ਦੀ ਹੁੰਦੀ ਹੈ, ਖੂਹ ਸਿੱਧਾ ਆਉਂਦਾ ਹੈ, ਰੱਸੇ ਨਾਲ ਪਾਣੀ ਕੱਢੀਦਾ, ਬਾਉਲੀ 'ਚੋਂ ਰੱਸੇ ਨਾਲ ਵੀ ਕੱਢੀਦਾ ਅਤੇ ਆਪ ਤੁਰ ਕੇ ਜਾ ਕੇ ਪੌੜੀਆਂ ਤੋਂ ਵੀ ਪਾਣੀ ਲਿਆਂਦਾ ਜਾ ਸਕਦਾ। ਤੋ ਗੁਰੂ ਅਮਰਦਾਸ ਸਾਹਿਬ ਨੇ ਜਿਹੜੀ ਬਾਉਲੀ ਬਣਾਈ ਉਹਦਾ ਇੱਕੋ ਇੱਕ ਕਾਰਨ ਸੀ ਵੀ ਲੋਕਾਂ ਦੇ ਪਾਣੀ ਦਾ ਮਸਲਾ ਹੱਲ ਕਰ ਲਈ। ਇਹ ਕੋਈ ਅੰਮ੍ਰਿਤ ਵਾਲੀ ਗੱਲ ਨਹੀਂ ਸੀ। ਸਾਰੇ ਗੁਰੂਆਂ ਨੇ ਬਾਉਲੀਆਂ ਬਣਾਈਆਂ ਜਾਂ ਸਰੋਵਰ ਬਣਾਏ ਆ ਜਾਂ ਇਸੇ ਤਰ੍ਹਾਂ ਹੋਰ ਜਿਹੜੀਆਂ ਨੇ ਲੋਕਾਂ ਦੀ ਸਹੂਲਤ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਣਾਈਆਂ, ਬਾਗ ਬਣਾਏ। ਤੋ ਗੋਇੰਦਵਾਲ ਵਿੱਚ ਗੁਰੂ ਅਮਰਦਾਸ ਸਾਹਿਬ ਦਾ ਇਹ ਮਕਸਦ ਸੀ ਵੀ ਲੋਕਾਂ ਨੂੰ ਪੀਣ ਦਾ ਪਾਣੀ ਮਿਲ ਸਕੇ, ਨਹਾਉਣ ਦਾ ਪਾਣੀ ਮਿਲ ਸਕੇ। ਤੋ ਬਾਅਦ ਵਿੱਚ ਕੁਝ ਲੋਕਾਂ ਨੇ, ਖਾਸ ਕਰਕੇ ਜਿਹੜਾ ਅਸੀਂ ਜਾਣਦੇ ਹਾਂ ਵੀ 1780 ਤੋਂ ਬਾਅਦ ਜਿਹੜਾ ਗੁਰਦੁਆਰਿਆਂ ਦਾ ਇੰਤਜ਼ਾਮ ਨਿਰਮਲਿਆਂ ਦੇ ਹੱਥ ਆਇਆ, ਜਿਹੜੇ ਅੱਜ ਕੱਲ੍ਹ ਆਪਣੇ ਆਪ ਨੂੰ ਦਮਦਮੀ ਟਕਸਾਲ ਕਹਿੰਦੇ ਆ, ਚੌਂਕ ਪਿੰਡਰਾ ਮਹਿਥਾ ਜੱਥਾ। ਇਹ ਜੱਥਾ ਜਿਹੜਾ ਆਪਣੇ ਆਪ ਨੂੰ ਸੂਰਤ ਸਿੰਘ ਦੇ ਜਿਹੜਾ ਚੇਲੇ ਮੰਨਦਾ, ਸੂਰਤ ਸਿੰਘ, ਸੰਤੋਖ ਸਿੰਘ, ਸੰਤ ਸਿੰਘ, ਗਿਆਨੀ ਦਰਬਾਰਾ ਸਿੰਘ, ਗੁਰਮੁਖ ਸਿੰਘ, ਉਸ ਲੜੀ ਵਿੱਚ ਕਹਿੰਦਾ, ਯਾਨੀ ਕਿ ਇਹ ਉਹੀ ਨਿਰਮਲੇ ਹਨ। ਤੋ ਨਿਰਮਲਿਆਂ ਦੇ ਹੱਥ ਜਦੋਂ ਪ੍ਰਬੰਧ ਆਇਆ ਗੋਇੰਦਵਾਲ ਦਾ, ਉੱਥੇ ਪੁਜਾਰੀ ਬਣੇ ਨੇ
ਤਾਂ ਉਹਨਾਂ ਨੇ ਇਹਦਾ ਇੱਕ ਨਵਾਂ ਡਰਾਮਾ ਸ਼ੁਰੂ ਕਰਤਾ, ਜਿਸ ਤਰ੍ਹਾਂ ਕਿ ਕਈ ਥਾਵਾਂ 'ਤੇ ਉਹਨਾਂ ਨੇ ਬੋਰਡ ਲਵਾ ਦਿੱਤੇ ਲੋਕਾਂ ਕਿ ਇੱਥੇ ਨਾਓ 'ਤੇ ਇਹ ਹੁੰਦਾ ਹੈ, ਛੱਪੜ 'ਚ ਗੁਰੂ ਨਾਨਕ ਸਾਹਿਬ ਨੇ ਬੱਚੇ ਨੂੰ ਨਵਾਇਆ ਤਾਂ ਇਹ ਹੋਇਆ, ਇਸ ਤਰ੍ਹਾਂ ਕਰਕੇ ਜਿਹੜੀਆਂ ਚੀਜ਼ਾਂ ਨੇ ਆਗਰੇ ਦਾ ਜਿੱਦਾਂ ਗੁਰੂ ਨਾਨਕ ਸਾਹਿਬ ਦਾ ਬਣਿਆ ਹੋਇਆ, ਹੋਰ ਕਈ ਥਾਵਾਂ 'ਤੇ ਜੇ ਦੂਜੇ ਗੁਰੂਆਂ ਦਾ ਬਣਿਆ, ਇੱਥੇ ਵੀ ਇਹ ਨਿਰਮਲਿਆ ਨੇ ਸ਼ੁਰੂ ਕਰਤਾ ਕਿ 84 ਪੌੜੀਆਂ ਬਣਾਤੀਆਂ, ਹਾਲਾਂਕਿ 84 ਨਹੀਂ ਸਨ, ਬਾਅਦ ਵਿੱਚ ਹੁਣ ਇਹਨਾਂ ਨੇ ਗਿਣ ਗਿਣ ਕੇ ਨਾ, ਕਿਉਂਕਿ ਹੁਣ ਵੀ ਨਿਰਮਲਿਆ ਦੇ ਕਬਜ਼ਾ ਹੈ, ਮਹੰਤਾਂ ਦਾ ਕਬਜ਼ਾ ਹੈ ਜਿਹੜਾ, ਔਰ ਇਹਨਾਂ ਨਿਰਮਲਿਆ ਨੇ 84 ਪੌੜੀਆਂ ਬਣਾਤੀਆਂ ਅਤੇ ਨਾਲ ਇਹ ਪਖੰਡ ਸ਼ੁਰੂ ਕਰ ਦਿੱਤਾ ਸਿੱਖਾਂ ਵਿੱਚ, ਅੰਧ ਵਿਸ਼ਵਾਸ, ਗਲਤ ਵਿਸ਼ਵਾਸ ਜਿਹੜਾ ਪੈਦਾ ਕਰ ਦਿੱਤਾ ਵੀ ਜਿਹੜਾ ਇਹਨਾਂ 84 ਪੌੜੀਆਂ 'ਤੇ 84 ਵਾਰੀ ਜਪਜੀ ਸਾਹਿਬ ਦੇ ਪਾਠ ਕਰੇਗਾ, ਜਿਸ ਤਰ੍ਹਾਂ ਹੋਰ ਇਸ ਤਰ੍ਹਾਂ ਦੇ ਵੀ ਸੁਖਮਨੀ ਸਾਹਿਬ ਦੇ ਪਾਠ ਕਰੇਗਾ, ਕਿਤੇ ਕੁਛ ਹੋਰ ਕਰ ਦੇਗਾ, ਉਹ ਪਖੰਡ ਇੱਥੇ ਸ਼ੁਰੂ ਕਰਾਤਾ ਵੀ ਜਿਹੜਾ 84 ਪੌੜੀਆਂ 'ਤੇ ਇੱਕ ਇੱਕ ਪੌੜੀ 'ਤੇ ਜਪਜੀ ਸਾਹਿਬ ਦਾ ਪਾਠ ਕਰੇ ਅਤੇ 84 ਪਾਠ ਕਰੇਗਾ, ਉਹਦੀ 84 ਕੱਟੀ ਜਾਏਗੀ, ਅਖੌਤੀ 84। 84 ਤੁਸੀਂ ਜਾਣਦੇ ਹੋ 84 ਲੱਖ ਜੂਨ, ਜਿਹੜਾ ਕਿ ਆਮ ਪ੍ਰਚਾਰ ਕੀਤਾ ਹੋਇਆ ਵੀ ਬੰਦੇ ਨੇ ਜਿਹਨੇ ਚੰਗੇ ਕੰਮ ਨਾ ਕੀਤੇ ਉਹਨੂੰ ਮਰਨ ਤੋਂ ਬਾਅਦ ਉਹਨੂੰ 84 ਲੱਖ ਜੂਨਾਂ ਵਿੱਚ ਜਾਣਾ ਪੈਂਦਾ ਹੈ, ਸਭ ਕੀੜੇ ਮਕੌੜੇ ਜਾਨਵਰਾਂ ਦੀਆਂ 84 ਲੱਖ ਕਿਸਮਾਂ ਨੇ, ਹਾਲਾਂਕਿ ਗੱਲ ਇਹ ਸਹੀ ਨਹੀਂ ਵੀ 84 ਲੱਖ ਨਹੀਂ, ਸਪੀਸੀਜ਼ ਜਿਹੜੇ ਨੇ ਦੁਨੀਆਂ ਵਿੱਚ ਕਰੋੜਾਂ ਹਨ, ਇਹ ਸਾਰੇ ਸਪੀਸੀਜ਼ ਜਿਹੜੇ ਅਲੱਗ ਅਲੱਗ ਨੇ, ਤੋ ਪਰੇ ਬ੍ਰਾਹਮਣਾਂ ਨੇ ਇਹ ਗੱਲ ਫੈਲਾਈ ਹੋਈ ਸੀ ਵੀ ਬੰਦੇ ਨੂੰ ਮਰਨ ਤੋਂ ਬਾਅਦ 84 ਲੱਖ ਜੂਨਾਂ ਵਿੱਚੋਂ ਭੁਗਤਣਾ ਪੈਂਦਾ ਹੈ ਜੇ ਉਹਨੂੰ ਮੁਕਤੀ ਨਾ ਮਿਲੀ ਹੋਵੇ ਤਾਂ, ਅਤੇ ਉਹ ਮੁਕਤੀ ਨੂੰ ਜਿਹੜਾ ਹਾਸਲ ਕਰਨ ਵਾਸਤੇ ਇਹ ਪ੍ਰਚਾਰ ਕੀਤਾ ਗਿਆ ਵੀ ਜਿਹੜਾ ਬਾਉਲੀ ਦੀਆਂ 84 ਪੌੜੀਆਂ ਅਤੇ 84 ਪਾਠ ਜਪਜੀ ਸਾਹਿਬ ਦੇ ਕਰੇਗਾ ਉਹਨੂੰ ਮੁਕਤੀ ਮਿਲ ਜਾਏਗੀ। ਹੁਣ ਜਿਸ ਤਰ੍ਹਾਂ ਕਿ ਅਸੀਂ ਜਾਣਦੇ ਵੀ ਇਹ ਪੌੜੀਆਂ ਪਹਿਲਾਂ 84 ਨਹੀਂ ਸਨ ਅਤੇ ਨਿਰਮਲਿਆ ਨੇ 84 ਕਰ ਦਿੱਤੀਆਂ, ਔਰ ਹੁਣ ਉਹਨੂੰ ਸੰਗਮਰਮਰ ਦੀਆਂ ਪੱਕੀਆਂ ਬਣਾ ਕੇ ਅਤੇ ਲੋਕਾਂ ਵਿੱਚ ਇਸ ਵਿਸ਼ਵਾਸ ਨੂੰ ਫੈਲਾਉਣ ਵਾਸਤੇ ਉੱਥੇ ਬੋਰਡ ਵੀ ਕਈ ਥਾਵਾਂ 'ਤੇ ਲੱਗੇ ਹੋਏ ਹਨ। ਹੁਣ ਕੀ ਸਿੱਖੀ ਵਿੱਚ 84 ਲੱਖ ਜੂਨ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ? ਪਹਿਲੀ ਗੱਲ ਤਾਂ ਇਹ ਗੱਲ ਹੈ ਹੀ ਭਰਮ ਖੜਾ ਕੀਤਾ ਵੀ 84 ਲੱਖ ਜੂਨ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਜਿਹੜਾ 84 ਲੱਖ ਦਾ ਜ਼ਿਕਰ ਆਉਂਦਾ ਹੈ ਉਹਦਾ ਮਤਲਬ ਇਹ ਦੱਸਦਾ ਵੀ ਬੇਹਿਸਾਬ ਜੂਨਾਂ ਨੇ ਜੀਵਾਂ ਦੀਆਂ, ਬਹੁਤ ਕ੍ਰੀਚਰਸ ਅਤੇ ਹਿਊਮਨ ਬੀਂਗਸ ਦੀਆਂ ਬਹੁਤ ਵੱਖਰੀ ਕਿਸਮ ਦੀਆਂ ਜੂਨਾਂ ਨੇ, ਇਹ ਕਈ ਤਰ੍ਹਾਂ ਦੇ ਸਪੀਸੀਜ਼ ਨੇ। 84 ਲੱਖ ਮੀਨਸ ਕਾਊਂਟਲੈਸ, ਆਪਾਂ ਜਿਹੜਾ ਅੰਗਰੇਜ਼ੀ 'ਚ ਕਹਿੰਦੇ ਹਾਂ ਅਨੰਤ ਬੇਅੰਤ, ਜਿਹਦਾ ਕੋਈ ਹਿਸਾਬ ਨਹੀਂ ਹੈ, ਉਹ ਜੂਨਾਂ ਨੇ, ਔਰ ਉਹ ਕਿਸਮ ਦੇ ਸਪੀਸੀਜ਼ ਹੈਗੇ ਆ ਅਤੇ ਇਨਸਾਨ ਨੂੰ ਹਰ ਸਪੀਸੀਜ਼ ਵਿੱਚੋਂ ਲੰਘਣਾ ਨਹੀਂ ਪੈਂਦਾ। ਵੈਸੇ ਤਾਂ ਸਿੱਖ ਸਿਧਾਂਤਾਂ ਦੇ ਮੁਤਾਬਕ ਪਾਂਚ ਤੱਤ ਕੋ ਤਨ ਰਚਿਓ ਜਾਣੋ ਚਤੁਰ ਸੁਜਾਨ, ਜੇ ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ। ਪੰਜ ਤੱਤਾਂ ਦਾ ਸਰੀਰ ਬਣਦਾ ਅਤੇ ਆਪਣੇ ਚ ਤੱਤ ਆਪੋ ਆਪਣੇ ਤੱਤਾਂ 'ਚ ਸਮਾ ਜਾਂਦੇ ਆ, ਅੱਗ ਹਵਾ ਪਾਣੀ ਮਿੱਟੀ ਆਕਾਸ਼ ਸਾਰੇ ਆਪੋ ਆਪਣੇ ਤੱਤਾਂ ਵਿੱਚ ਸਮਾ ਜਾਂਦੇ ਆ। ਪਵਨੇ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ, ਅਤੇ ਜਿਹੜੀ ਜੋਤ ਦੀ ਗੱਲ ਕਰਦੇ ਹਾਂ ਅਕਾਲ ਪੁਰਖ ਦੀ ਜੋਤ ਹੈ, ਆਤਮਾ ਹੈ ਪਰਮਾਤਮਾ ਜਾਂ ਮਿਲਦੀ ਹੈ, ਜੋਤ ਦੂਸਰੀ ਅਕਾਲ ਪੁਰਖ ਦੀ ਜੋਤ 'ਤੇ ਜਾਂ ਮਿਲਦੀ ਹੈ। ਜੋਤੀ ਮੈਂ ਜੋਤ ਰਲ ਜਾਇਆ, ਜਦ ਇਹ ਸਾਰਾ ਕੁਛ ਗਿਆ ਅਤੇ ਦੂਜੀ ਜੂਨ ਵਿੱਚ ਜਾਣ ਦਾ ਮਕਸਦ ਹੀ ਕੋਈ ਨਹੀਂ। ਸੋ ਉਂਝ ਵੀ ਦੇਖਿਆ ਜਾਵੇ ਤਾਂ ਗੁਰੂ ਗ੍ਰੰਥ ਸਾਹਿਬ 'ਚ 84 ਲੱਖ ਕਈ ਥਾਵਾਂ 'ਤੇ ਲਫ਼ਜ਼ ਵਰਤਣ ਦੇ ਨਾਲ ਨਾਲ ਹੋਰ ਵੀ ਕਿਹਾ, ਖਾਲੀ 84 ਲੱਖ ਨਹੀਂ ਕਿਹਾ, ਕਰੋੜ ਵੀ ਕਿਹਾ, ਕਰੋੜਾਂ ਵੀ ਕਿਹਾ। ਤਾਂ ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਇੱਕ ਦੋ ਜਿਹੜਾ ਸ਼ਬਦਾਂ ਵਿੱਚੋਂ ਲਾਈਨਾਂ ਸੁਣਾਵਾਂਗਾ ਜਿਹਦੇ 'ਚ ਦੱਸਿਆ ਵੀ ਕਿੰਨੀਆਂ ਜੂਨਾਂ ਨੇ, 84 ਲੱਖ ਨਹੀਂ ਹਨ। ਤਾਂ ਦੇਖੋ ਸਭ ਤੋਂ ਪਹਿਲਾਂ ਕੋਟ ਜਨਮ ਕੀ ਮੈਡ ਲਹਿ ਜਾਏ, 195 ਸਫ਼ਾ 'ਤੇ ਗੁਰੂ ਗ੍ਰੰਥ ਸਾਹਿਬ 'ਚ ਕੋਟ ਜਨਮ, ਇੱਕ ਕਰੋੜ ਜਨਮ ਉਹਦੇ 'ਚ ਕਿਹਾ। ਫਿਰ ਅੱਗੇ ਕੋਟ ਜਨਮ ਕੇ ਕਿਲਬਿਖ ਤੋਏ, 199 ਸਫ਼ਾ ਦੇ ਉੱਤੇ ਹੈਗਾ। ਫਿਰ ਉਸ ਤੋਂ ਬਾਅਦ 387 ਸਫ਼ੇ 'ਤੇ ਹੈ ਕੋਟ ਜਨਮ ਕੇ ਪਾਪ ਲਹੇ, ਕੋਟ ਜਨਮ ਕੇ ਰਹੇ ਪਵਾਰੇ ਚੱਕਰ ਪੌੜ, ਕੋਟ ਜਨਮ ਕੇ ਰਹੇ ਪਾਤਕ 502 ਸਫ਼ਾ 'ਤੇ ਹੈ, ਕੋਟ ਜਨਮ ਪਰਮ ਆਇਆ 640 ਸਫ਼ਾ 'ਤੇ ਹੈ,
ਕੋਟ ਜਨਮ ਕੇ ਗਏ ਕਲੇਸ਼, 1339 ਸਫ਼ੇ ਤੇ ਹੈ। ਇਹਨਾਂ ਗੁਰੂ ਗ੍ਰੰਥ ਸਾਹਿਬ 'ਚ ਤਾਂ ਕਰੋੜਾਂ ਦੀ ਗੱਲ ਵੀ ਕੀਤੀ ਹੋਈ ਹੈ, 84 ਲੱਖ ਹੀ ਨਹੀਂ। ਸੋ ਜਿਹੜੀ ਗੱਲ ਇਹ ਹੈ ਵੀ ਗੋਇੰਦਵਾਲ ਵਿੱਚ ਜਿਹੜੀ ਬੋਲੀ ਹੈ ਉਹਦੇ 'ਤੇ 84 ਪੌੜਿਆਂ 'ਤੇ 84 ਪਾਠ ਕਰਨਾ ਜਿਹੜਾ ਉਹ ਇੱਕ ਗੱਪ ਹੈ, ਲੋਕਾਂ ਵਿੱਚ ਗਲਤ ਵਿਸ਼ਵਾਸ ਪੈਦਾ ਕਰਨ ਦੀ ਜਿਹੜੀ ਹੈ ਇੱਕ ਸਾਜਿਸ਼ ਹੈ, ਜਿਹੜੀ ਕਿ ਬ੍ਰਾਹਮਣੀ ਸਾਜਿਸ਼ ਸਾਡੇ 'ਚ ਪੈਦਾ ਕੀਤੀ ਗਈ ਹੈ। ਅਤੇ 84 ਲੱਖ ਜੀਵ ਜੋ ਉਹਨਾਂ ਵਿੱਚੋਂ ਜਿਹੜਾ ਇਨਸਾਨ ਨੇ ਲੰਘਣਾ ਹੈ ਉਹ ਵੀ ਜਿਹੜਾ ਇੱਕ ਗੱਪ ਹੈ। ਜੇ ਗੁਰੂ ਗ੍ਰੰਥ ਸਾਹਿਬ 84 ਲੱਖ ਜੂਨ ਦਾ ਆਉਂਦਾ ਜ਼ਿਕਰ, ਅਤੇ ਉਹਦੇ 2 ਵਜ੍ਹਾ ਨੇ, ਇੱਕ ਹੈ ਵੀ ਇਹ ਲੋਕਾਂ 'ਚ ਪਾਪੂਲਰ ਮਿਥ ਸੀ, ਲੋਕਾਂ ਦੇ ਵਿੱਚ ਵਿਸ਼ਵਾਸ ਸੀ ਕਿ ਇਨਸਾਨ ਨੂੰ 84 ਲੱਖ ਜੂਨਾਂ 'ਚੋਂ ਲੰਘਣਾ ਪੈਂਦਾ, ਅਤੇ ਗੁਰੂ ਸਾਹਿਬ ਨੇ ਕਰੋੜ ਵੀ ਕਹਿ ਕੇ ਅਤੇ ਅੱਗੋਂ ਜਿਹੜਾ ਜੋਤੀਮੈ ਜੋਤ ਨਾਲ ਲਜਾਇਆ ਕਹਿ ਕੇ ਵੀ ਇਹ ਸਾਰੀ ਗੱਲ ਖਤਮ ਕਰਤੀ। ਕੋਈ 84 ਲੱਖ ਜੂਨ ਨਹੀਂ ਹੁੰਦੀ, ਇਨਸਾਨ ਨੂੰ ਕੋਈ 84 ਲੱਖ ਜੂਨਾਂ ਵਿੱਚੋਂ ਨਹੀਂ ਲੱਗਣਾ ਪੈਂਦਾ। ਇਨਸਾਨ ਨੂੰ ਚੰਗੇ ਕੰਮ ਕਰਨੇ ਚਾਹੀਦੇ ਆ ਦੁਨੀਆਂ ਵਿੱਚ। ਜਦੋਂ ਤੁਸੀਂ ਆਪਣੇ ਬੁਰਾਈਆਂ ਤੋਂ ਮੁਕਤ ਹੋ ਜਾਂਦੇ ਹੋ ਉਹ ਅਸਲੀ ਮੁਕਤੀ ਹੈ, ਉਹ ਹਾਸਲ ਕਰਨੀ ਚਾਹੀਦੀ ਹੈ। ਇਹ ਸੀ ਗੋਇੰਦਵਾਲ ਦੇ ਵਿੱਚ ਜਿਹੜਾ ਬਾਉਲੀ ਬਣਾਉਣ ਦਾ ਕਾਨਸੈਪਟ, ਅਤੇ ਬਾਅਦ ਵਿੱਚ ਜਿਹੜਾ ਇਸ ਦੇ ਉੱਤੇ ਥੋਪਿਆ ਗਿਆ ਝੂਠਾ ਸਿੱਖ ਵਿਰੋਧੀ ਮਨਮਤ ਦਾ ਕਾਨਸੈਪਟ ਜਿਹੜਾ ਉਹ ਬ੍ਰਾਹਮਣਾਂ ਨੇ ਥੋਪਿਆ, ਉਹ 84 ਪੌੜੀਆਂ 'ਤੇ ਪਾਠ ਕਰਨ ਦਾ ਹੈ। ਇਹ ਸੀ ਇਹਦੀ ਅਸਲੀਅਤ। ਸ਼ੁਕਰੀਆ।